ਦੋਸਤੋ ਤੁਹਾਡਾ ਸਵਾਗਤ ਹੈ ਯੂਟਿਊਬ ਚੈਨਲ 'ਤੇ ਅਕੈਡਮਿਕ ਸਟੂਡੈਂਟਸ ਲਈ ਰੀਡਿੰਗ ਆ। ਇਸ ਦੇ ਵਿੱਚ ਸਭ ਤੋਂ ਜਿਹੜਾ ਪਹਿਲਾ ਪੈਸੇਜ, ਉਸ ਦੇ ਵਿੱਚ 1 to 7 ਤੱਕ ਜਿਹੜੇ ਕੁਐਸਚਨ ਆ ਉਹ ਵਿੱਚ ਪੈਰਾਗ੍ਰਾਫ ਕੰਟੇਨ ਦੀ ਇਨਫੋਰਮੇਸ਼ਨ ਟਾਈਪ ਹੈ। ਇਸ ਦੇ ਵਿੱਚ A to G ਤੱਕ ਪੈਰਾਗ੍ਰਾਫ ਦਿੱਤੇ ਹੋਏ ਉਹਨਾਂ 'ਚ ਫਾਇੰਡ ਕਰਨਾ। ਨੈਕਸਟ ਜਿਹੜੇ ਆ ਉਹ 8 to 13 ਤੱਕ ਬਲੈਂਕਸ ਆ, ਇਹਨਾਂ ਦੇ ਆਨਸਰ ਨੋ ਮੋਰ ਦੈਨ 2 ਵਰਡਸ ਦੇਣੇ ਆ। ਅਗੇਨ ਬਲੈਂਕਸ ਆ ਇਹ 14 to 18 ਤੱਕ, ਇਹਨਾਂ ਦੇ ਵੀ ਆਨਸਰ ਨੋ ਮੋਰ ਦੈਨ 2 ਵਰਡਸ ਦੇਣੇ ਆ। ਅਤੇ ਨੈਕਸਟ 19 to 23 ਤੱਕ ਹੈ, ਇਹ ਟਰੂ ਫਾਲਸ ਆ ਨੋਟ ਗਿਵਨ ਆ। ਨੈਕਸਟ 24 to 26 ਤੱਕ ਜਿਹੜੇ ਆ ਇਹ MCQs ਟਾਈਪ ਕੁਸ਼ਚਨ ਆ। ਨੈਕਸਟ ਜਿਹੜਾ ਪੈਸੇਜ ਦਾ ਟਾਈਟਲ ਨੇਮ ਹੈਗਾ ਅਲਫਰਿਡ ਨੋਬਲ, ਇਸ ਦੇ ਵਿੱਚ 27 to 32 ਤੱਕ ਟਰੂ ਫਾਲਸ ਆ ਨੋਟ ਗਿਵਨ ਆ। ਨੈਕਸਟ 33 to 39 ਤੱਕ ਅਗੇਨ ਬਲੈਂਕਸ ਆ, ਇਹਨਾਂ ਦੇ ਆਨਸਰ ਨੋ ਮੋਰ ਦੈਨ 2 ਵਰਡਸ ਦੇਣੇ ਆ। ਅਤੇ ਅੱਜ ਜਿਹੜੇ ਕੁਸ਼ਚਨ ਇਹ 39 ਤੱਕ ਆ, 40 ਤੱਕ ਨਹੀਂ ਗਏ। ਅਤੇ ਚੈਨਲ 'ਤੇ ਨਵੇਂ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਆ ਕਰੋ, ਸ਼ੇਅਰ ਕਰ ਦਿਆ ਕਰੋ। ਅਤੇ ਹੁਣ ਆਪਾਂ ਰੀਡਿੰਗ ਸਟਾਰਟ ਕਰਦੇ ਹਾਂ।